अस्सलाम वालेकुम दोस्तों, तुम वेख रहे हो एतमाद टीवी ते मैं थोड़ा दोस्त मोहम्मद आसिफ। दोस्तों थोड़े वास्ते लैके आए बहुत खूबसूरत जुटी, कैमरामैन जुटी विखांदा। जुटी वेखण तो पहले दोस्तों साडे चैनल नूं करो सबसक्राइब ते बैल आइकन दा बटन जरूर प्रेस करो ताकि साडी हर आवण वाली वीडियो तुहाडे तक पहुँच सके। कैमरामैन जुटी विखांदा, फिर आपां मालिक नाल गल करने आ। अखी भी खा टोर ही मारने ना, इस पास टोर उस जगह जिधर भी टूट दी। बच्चा भी कट्टी ਸਾਡੇ ਨਾਲ ਹੀ ਖਾਵੇ ਬਾਏ। अस्सलाम वालेकुम। की हाल है चाचा? ठीक है जी, राजी हो? की नाम चाचा? हसन। चाचा जी हसन है ते गढ़ फतेह साहब तहसील तानले वाला जिला फैसलाबाद इत्थे ड्यूटी खोलती है। चाचा कितने सूए जी? दूसरा सूआ सूई है? पक्की गल? दूसरा पक्की थले बच्ची आंदा कट्टी है? कैमरामैन तुहानू विखाई जी कट्टी। कितने क दिन सूई होई जी? 8-10 दिन दी। अच्छा ते इस टाइम में दूध कितना कर रही है? इस टाइम जी 10 किलो दूध कर रही है जा साफ तो मुकम्मल 14 किलो मुकम्मल। थोड़ा रेड़े हो ना ताकि अपनी आवाज भी जावे। मुकम्मल 10 किलो 10 किलो मुकम्मल मुकम्मल 8-10 दी सुई हुई है। बहुत माशाल्लाह बड़ा देसी रावी दी माज है। अच्छा ये बड़ा दूध देसी प्योर रावी दी? प्योर रावी ना हो तो रीमे वा। अच्छा के ये दोस्त आंदे नीली दी? ना 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 नीली प्योर रावी दी। अच्छा प्योर रावी दी ते ਖਾਣ ਸ਼ਾਨ ਠੀਕ ਹੈ? ਸਫਾਰਾ ਸ਼ਵਾਰਾ ਤਾਂ ਕੋਈ ਬਿਲਕੁਲ ਸਫਾਰਾ ਨਹੀਂ ਤੇ ਚੋਤ ਵੇਖ ਲਾ। ਅੱਛਾ ਅਸੀਂ ਦੇ ਚਿੱਟੇ ਚੋਨੇ ਆ ਦੁਪਾਰੀ। ਅੱਛਾ 8-9 ਵਜੇ ਟ੍ਰੇਨ ਨਾਲ। ਅੱਛਾ ਅਸੀਂ ਉਹ ਨਹੀਂ ਰਾਤੀ ਚੋਲ ਹੀ ਨਾ ਦੇ ਚੋਨੇ ਆ। ਚਾਚਾ ਜੀ ਆਖਰੇ ਵੀ ਤਕਰੀਬਨ ਅਸੀਂ ਵਪਾਰੀਆਂ ਵਾਂ ਰਾਤੀ ਨਹੀਂ ਚੋਨੇ ਦੇ ਚੋਨੇ ਤੇ ਹੁਣ ਇਸ ਟਾਈਮ ਦੋਸਤੋ 12 ਦਾ ਟਾਈਮ ਹੈ ਤੇ 12 ਵਜੇ ਤੱਕ ਅਸੀਂ ਕਿ ਵੀਡੀਓ ਬਣਾਉਣੇ ਤੇ ਆਇਆ। ਚਾਚੇ ਹੋਰਾਂ ਕੋਲ ਅਕਸਰ ਦੋਸਤਾਂ ਦੇ ਨਵਾਨਾ ਨਹੀਂ ਥੱਲੇ ਜੀ ਐਡਾ ਤੇ 12 ਵਜੇ ਦਾ ਟਾਈਮ ਹੋ ਗਿਆ ਤਕਰੀਬਨ ਇਸ ਟਾਈਮ ਦੇ ਅਸੀਂ ਵੀਡੀਓ ਬਣਾਈਏ ਤੇ ਇਤਨਾ ਕਿ 12 ਵਜੇ ਬਣਾਉਣੀ ਜਿਹੜੇ ਦਿਨ ਚ ਵੀ ਵੇ
ਤੇ ਅਕਸਰ ਜਿਹੜੇ ਵਪਾਰੀ ਹਨ ਉਹ ਦੇ ਰਾਤੀ ਯਾਨੀ ਖਜ਼ਾਨਾ ਟਾਈਮ ਚਾਹੁੰਦੇ ਨੇ ਦਸ ਟਾਈਮ 8 ਵਜੇ ਸਾਡ 9 ਵਜੇ ਤਕਰੀਬਨ 9 ਵੀ ਸਾਨੂੰ 10 ਵਜੇ ਦਾ ਵਪਾਰ ਕਰਦੇ ਬੰਦੇ ਜੇ ਚਾਟ ਬੰਦੇ ਉਹਨਾਂ ਅੱਛਾ ਚਲੋ ਠੀਕ ਹੋ ਗਿਆ ਤੇ ਥਾਣ ਸ਼ਾਨ ਠੀਕ ਹੈ ਸਾਰੇ ਬਿਲਕੁਲ ਥਾਣ ਹੁਣ ਦਾ ਚਾਚਾ ਜਿਵੇਂ ਜੱਟਾਂ ਵਾਲੀ ਗੱਲ ਕੀਤੀ ਨੇ ਨਾ ਉਹ ਜੱਟਾਂ ਵਾਲੀ ਆਰਾਮ ਨਾਲ ਸੋਹਣੀ ਜੀ ਕੀਮਤ ਹੀ ਮੰਗਿਆ ਘਣੀ ਨਾ ਮੰਗਿਆ ਨਾ ਕੀਮਤ ਤੇਰੇ ਵਾਸਤੇ ਪੁੱਤ ਨਾ ਹਾਂਜੀ 1,90,000 ਤੇਰੇ ਵਾਸਤੇ 1,90,000 ਮੇਰੇ ਵਾਸਤੇ ਤਾਂ ਮੂੰਹ ਮੋਰ ਘਣੀ ਕਾਰ ਛੱਡੀ ਨੇ ਨਹੀਂ ਮਾਜ ਵੀ ਬਹੁਤ ਚੰਗੇ ਮਾਜ ਹੈ ਬਹੁਤ ਮਾਸ਼ਾਅੱਲਾ ਬੜਾ ਦੇਸੀ ਮਾਜ ਹੈ ਪਿਛਲਾ ਸੁਬਾ ਕਿਤਨਾ ਕ ਦਿੰਦੀ ਰਹੀ ਦੋਨੇ ਪਿਛਲਾ ਸੁਬਾ ਦੇ ਤੱਕ 20 ਕਿਲੋ ਕਾਰ ਵੀ ਮਾਜ ਨਾ 20 ਕਿਲੋ ਚਾਚਾ ਨਹੀਂ ਕਰਦੀ ਮਾਜ ਨਹੀਂ ਕਰ ਪਿਛਲੇ ਸਲੇ ਸੁਬੇ ਦੋਨੇ ਜਿਹੜੀਆਂ ਪਿਛਲੇ ਸੁਬੇ ਮੱਜੀ 20 ਕਿਲੋ ਨਹੀਂ ਕਰਦੀ ਉਹ ਇੱਕ ਇੱਕ ਦਮ ਨਹੀਂ ਦੋ ਟਾਈਮਾਂ ਦਾ ਦੋ ਟਾਈਮਾਂ ਦਾ 20 ਕਿਲੋ ਨਹੀਂ ਕਰਦੀ ਨਹੀਂ ਚਾਚਾ ਇਤਨੇ ਤਾਂ ਕੂੜ ਵਾਲੀ ਗੱਲ ਹੈ ਨਾ ਮਾਜ ਤੁਹਾਡੀ ਠੀਕ ਹੈ ਚੰਗੀ ਹੈ ਪਰ 20 ਕਿਲੋ ਨਹੀਂ ਤਕਰੀਬਨ ਅਸੀਂ ਇਹ ਮੰਨ ਲੈਂਦੇ ਹਾਂ ਜਿਹੜੀ ਹੁਣ 10 ਕਿਲੋ 8 ਦੇ ਦੇ ਰਹੀ ਨਾ ਇਹ ਵੀ ਤਕਰੀਬਨ 12 13 ਕਿਲੋ ਦਿੰਦੀ ਰਹੀ ਸੀ ਤੇ ਮੋਹ ਵੀ ਆਪੇ ਹੀ ਬਣ ਗਿਆ ਨਾ ਨਹੀਂ ਦੋਵਾਂ ਟਾਈਮਾਂ ਦਾ 12 13 ਨਹੀਂ ਦੋਵਾਂ ਟਾਈਮਾਂ ਨਹੀਂ ਚਾਚਾ ਇਤਨਾ ਤੇ ਕੀਮਤ ਦੇਜ਼ ਕਰੋ ਇਤਨਾ ਦਾ ਤਾਂ ਬਹੁਤ ਘਣੀ ਕੀਮਤ ਹੈ ਨਹੀਂ ਪੁੱਤ ਤੇਰੇ ਵਾਸਤੇ ਮੈਂ ਤੈਨੂੰ ਗੱਲ ਹੀ ਕੀਤੀ ਵੀ ਦੇਵਾਂ ਮੇਰੇ ਵਾਸਤੇ ਜਿਹੜੀ ਦੇਵਾਂ ਵਾਲੀ ਗੱਲ ਕਰੋ ਹੁਣ ਪਤਾ ਲੱਗ ਸੀ ਅੱਗੇ ਤਾਂ ਗੱਲ ਨਹੀਂ ਹੋਈ ਤੇਰੇ ਵਾਸਤੇ ਮੋੜ 5,000 ਨਾ ਦੇਵੀਂ ਹੋਰ ਪੁੱਤ ਕੀ ਹਨ 5 ਨਾਲ ਚਾਚਾ ਗੱਲ ਨਹੀਂ ਬਣਦੀ ਛੱਡੂ ਨਾ ਚੁੱਕ ਕੇ ਛੱਡੀ ਆਵੇ ਪਤਾ ਲੱਗ ਕਿਉਂ ਲਾ ਦੇ ਤੁਸੀਂ ਵੀ ਉਤਨੇ ਮੰਗੋ ਜਿਤਨੇ ਦੀ ਮਾਝ ਹੈ ਆਪਣੀ ਨਹੀਂ ਸਾਡੀ ਮਾਝ ਜਿਤਨੇ ਦੀ ਹੈ ਨਹੀਂ ਚਾਚਾ ਇਤਨੇ ਦੀ ਨਹੀਂ ਤੂੰ ਰਿਆੜ ਕੀਤੀ ਗੋਤਾ ਹੋਰ ਰਿਆੜ ਪੰਜ ਹੋਰ ਨਾ ਦੇ ਤੇ ਮੈਂ ਇਸ ਤੋਂ ਬਾਅਦ 1,80,000 ਰੁਪਏ ਹਾਂਜੀ 1,80,000 ਨਾ 1,80,000 ਬਹੁਤ ਕੀਮਤ ਹੈ ਚਾਚਾ ਜੀ ਬਹੁਤ ਕੀਮਤ ਹੈ ਇਤਨੀ 1,80,000 ਬਹੁਤ ਲਾਉ ਨਹੀਂ ਮੈਂ ਤੁਹਾਨੂੰ ਦਰਮਿਆਨ ਨਹੀਂ ਜੀ ਮਾਝ ਹੈ ਏਡੀ ਯਾਨੀ ਕਿ ਨਹੀਂ ਮਾਝ ਚੰਗੀ ਮਾਝ ਹੈ ਬਹੁਤ ਵੇਂਦੇ ਪਏ ਮਾਝ ਤਾਂ ਸਾਡੇ ਦੋਸਤਾਂ ਵਿੱਚ ਕੀ ਸੋਹਣੀ ਮਾਝ ਹੈ ਹੁਣ ਕੋ ਦੱਸੋ ਅਖੀਰਲੀ ਜੀ ਗੱਲ ਪੱਕੀ ਜੀ ਕਰੋ ਕੀ ਦੱਸਾਂ ਮੈਂ ਐਵੇਂ ਲਾ ਜਾ ਯਾਰ ਐਵੇਂ ਕਿਉਂ ਲਾ ਜਾ ਵੀ ਇਸ ਕੋਈ ਇਹ ਗੱਲ ਐਵੇਂ ਲਾ ਜਾ ਨਹੀਂ ਚਾਚਾ ਜੀ ਉਤਨਾ ਇੱਕ ਬੰਦਾ ਪੈਸੇ ਮੰਗੇ ਜਿਤਨੇ ਕਿ ਅਗਲੇ ਦੋਸਤਾਂ ਦਾ ਪਸੰਦ ਆ ਜਾਵੇ ਰੇਟ ਵੀ ਪਸੰਦ ਆਵੇ ਮਾਝ ਵੀ ਪਸੰਦ ਆਵੇ ਮਾਝ ਤੁਹਾਡੀ ਠੀਕ ਹੈ ਸੋਹਣੀ ਹੈ ਲੇਕਿਨ ਇਤਨੇ ਰੇਟ ਦੀ ਨਹੀਂ ਹੈ ਜੈਜ਼ ਜਿਹੜਾ ਅਖੀਰਲਾ ਪੱਕਾ ਜਿਹਾ ਰੇਟ ਦੱਸੋ ਵੀ ਇਸ ਤੋਂ ਗਣੇ ਨਹੀਂ ਇਹ ਦੱਸੋ ਤੈਨੂੰ ਮੈਂ ਯਾਰ ਉਹ ਕੀ ਦੱਸਾਂ ਤੂੰ ਤਾਂ ਬਹੁਤ ਜ਼ਲੀਲ ਕੀਤੀ ਕਰ ਨਾ ਜ਼ਲੀਲ ਚਾਚਾ ਕਿ ਹਣ ਜਿਹੜੀ ਜਨਸਨ ਜ਼ਲੀਲ ਆਪਣਾ ਕਿ ਅੱਲਾ ਮਾਫੀ ਦੇ ਕਰਨਾ ਚੀਜ਼ ਤੁਹਾਡੀ ਹੈ ਤੇ ਪਰ ਅਸੀਂ ਇਹ ਗੱਲ ਕਰਨਾ ਵੀ ਜਿਹੜੀ ਜਾਇਜ਼ ਰੇਟ ਬਣਦਾ ਹੈ ਨਾ ਇਹਦਾ ਉਹ ਦੱਸੋ ਤੁਸੀਂ ਸਾਨੂੰ ਤਾਂ ਵੱਡੀ ਥਾਂ ਰਹਿੰਦਾ ਪਰ ਨਹੀਂ ਨਹੀਂ ਥਾਂ ਕਿ ਮਾਰਨਾ ਜੀ ਨਹੀਂ ਐਵੇਂ ਮੋ ਲੈ ਜਾ ਹੋਰ ਹੋਰ ਕੀ ਆਦਾ ਨਹੀਂ ਪਾਈ ਨਾ ਦੇ ਯਾਰ ਮੈਂ ਤੈਨੂੰ ਕੀ ਕਰਾਂ ਤੇ ਨਾ ਮੈਂ ਇੱਥੇ ਤੇ ਛੋੜ ਕੀਤੀ ਕਹਤਾ 1,75,000 ਹੀ ਲਾ ਜਾ ਮੇਰੇ ਹਿਸਾਬ ਨਾਲ ਹੱਲੇ ਵੀ ਕਰਨਾ ਚਲੋ ਠੀਕ ਹੈ ਦੋਸਤੋ ਚਾਚੇ ਹੋਰਾਂ ਨੂੰ ਚੰਗਾ ਮਾਸ਼ਾਅੱਲਾ ਲਾਇਨ ਦਾ ਖਿੱਚ ਦਰੂ ਕੇ 1,70,000 ਰੁਪਏ ਚਾਚੇ ਹੋਰ ਫਾਈਨਲ ਕਹਿ ਰਹੇ ਨੇ 1,90,000 ਮੰਗੀ ਜਾਂਦੇ ਹਨ ਤੇ ਚਾਚੇ ਨੇ ਆਖਿਆ ਵੀ ਜਾਇਜ਼ ਕਰੋ ਹੁਣ ਇਸ ਤੋਂ ਅਖੀਰ ਕੋ ਪਿਆਰ ਮਬਤ ਨਾ ਭਾਈ 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 ਹੱਦ ਹੋ ਗਈ ਚਾਚਾ ਨਾਸ ਨਹੀਂ ਖਲੋ ਤਾ ਜ਼ਰੂਰ ਮੇਰੇ ਖੋਤਰ ਰਹੋ ਨਾ ਨਾਸ ਨਹੀਂ ਹੋ ਜਾਣਾ ਰੇਟ ਤਾਂ ਤੁਸੀਂ ਦਾਖਰ ਮੇਰੀ ਹੱਦ ਹੀ ਹੋਣੀ ਕੋ ਥੋੜੀ ਜੀ ਹੋਰ ਮੈਂ ਇਸ ਤੋਂ ਹੱਦ ਮੇਰੀ ਹੱਦ ਕਰ ਛੱਡੀ ਮੈਂ ਦੇ ਜਾਵਾਂ ਚਾਚੇ ਹੋਰੀ ਤਾਂ ਵੇਖ ਲੈ ਨਾ ਮੈਂ ਨਹੀਂ ਹੁੰਦੀ ਬਾਤ ਚਾਚੇ ਹੋਰੀ ਤਾਂ ਹੱਦ ਕਰ ਗਏ ਬਈ ਤੇ 1,70,000 ਰੁਪਏ ਚਾਚੇ ਹੋਰਾਂ ਫਾਈਨਲ ਕਿਹਾ 10 ਕਿਲੋ ਦੁੱਧ ਦੀ ਸੂ ਥੱਲੇ ਕੱਟੀ ਸੂ 8 ਦਿਨ ਦੀ ਸੂਈ ਹੋਈ ਅਤੇ ਦੋਵਾਂ ਟਾਈਮਾਂ ਦਾ 10 ਕਿਲੋ ਦੁੱਧ ਮੁਕੰਮਲ ਆਉਂਦੇ ਨੇ ਚੋ ਤਾਂ ਫਾਲ ਨੂੰ ਤਕਰੀਬਨ ਛੱਡ ਕੇ ਮੁੜ ਥੋੜ੍ਹਾ ਜਿਹਾ ਘੱਟ ਹੋ ਸੀ ਉਂਝ ਮੁਕੰਮਲ 10 ਕਿਲੋ ਦੁੱਧ 8 ਦਿਨ ਦੀ ਸੂਈ ਥੱਲੇ ਕੱਟੀ ਦੋਸਤ ਪਸੰਦ ਕਰੋ ਪਸੰਦ ਕਰਕੇ ਤੁਸੀਂ ਖਰੀਦ ਸਕਦੇ ਹੋ ਦੋਸਤੋ ਅਸੀਂ ਇੱਕ ਵਾਰ ਫਿਰ ਕਹਿੰਦੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਬਟਨ ਜ਼ਰੂਰ ਪ੍ਰੈਸ ਕਰੋ ਤਾਂ ਕਿ ਸਾਡੀ ਹਰ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਹਾਂ ਦੋਸਤੋ ਅਗਲੀ ਵੀਡੀਓ ਤੱਕ ਇਜਾਜ਼ਤ ਦਿਓ ਖੁਦਾ ਹਾਫਿਜ਼।